ਹੱਥਾਂ 'ਚ ਸ਼ਰੇਆਮ ਅਸਲਾ ਫੜ ਕੇ ਘੁੰਮ ਰਹੇ ਨੌਜਵਾਨਾਂ ਦੀਆਂ ਇਹ ਤਸਵੀਰਾਂ ਸਾਹਨੇਵਾਲ 'ਚ ਹੋਏ ਕਬੱਡੀ ਟੂਰਨਾਮੈਂਟ ਦੀਆਂ ਜੋ ਹੈ ਤਾਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਵਾਲਾ ਕਬੱਡੀ ਟੂਰਨਾਮੈਂਟ, ਪਰ ਕਾਂਗਰਸ ਦੇ ਕੈਬਨਿਟ ਮੰਤਰੀ, MP ਅਤੇ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ 'ਚ ਟੂਰਨਾਮੈਂਟ ਦੌਰਾਨ ਇਸ ਤਰ੍ਹਾਂ ਸ਼ਰੇਆਮ ਅਸਲੇ ਦੀ ਪ੍ਰਦਰਸ਼ਨੀ ਕਿਉਂ ਕੀਤੀ ਜਾ ਰਹੀ ਹੈ ਸਮਝ ਤੋਂ ਪਰੇ ਹੈ। ਉੱਥੇ ਜਦੋਂ ਇਸ ਬਾਰੇ ਕਾਂਗਰਸ ਦੇ MP ਰਵਨੀਤ ਸਿੰਘ ਬਿੱਟੂ ਅਤੇ ਪੁਲਿਸ ਅਧਿਕਾਰੀਆਂ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਦੋਵੇਂ ਜ਼ਿੰਮੇਵਾਰ ਅਹੁਦੇ 'ਤੇ ਕੰਮ ਕਰ ਰਹੇ MP ਅਤੇ ਪੁਲਿਸ ਅਧਿਕਾਰੀ ਕੋਈ ਵੀ ਤਸੱਲੀ ਬਖਸ਼ ਜਵਾਬ ਨਾ ਦੇ ਸਕੇ। ਕੋਈ ਜਿਹੜੀ ਕਮੀ ਹੈ ਉਹਨੂੰ ਦੂਰ ਕਰੋ। ਲੱਗਿਆ ਪੁਲਿਸ ਦੇ ਇੰਤਜ਼ਾਮ ਕਿਉਂ ਨਹੀਂ ਕੀਤੇ ਗਏ ਜੀ? ਪ੍ਰਾਈਵੇਟ ਗੰਨ ਲੈ ਕੇ ਇੱਥੇ ਘੁੰਮ ਰਹੇ ਨੇ ਮੁੰਡੇ ਜੀ, ਪ੍ਰਾਈਵੇਟ ਕਾਫੀ ਇੱਥੇ ਗੰਨ ਲੈ ਕੇ ਘੁੰਮ ਰਹੇ ਨੇ ਮੁੰਡੇ, ਰੌਂਦ ਲੈ ਕੇ ਘੁੰਮ ਰਹੇ ਨੇ ਜੀ, ਕੀ ਕਾਰਵਾਈ ਹੋਏਗੀ? ਸਰਕਾਰੀ ਆਫਸਰ ਡਿਊਟੀ 'ਤੇ ਨੇ, ਇੱਥੇ ਮੰਤਰੀ ਸਾਹਿਬ ਆਏ ਹੋਏ ਨੇ, ਪੁਲਿਸ ਦੇ ਮੈਨੂੰ ਜੁਆਇਨ ਕੀਤਾ। ਟੂਰਨਾਮੈਂਟ 'ਚ ਸ਼ਰੇਆਮ ਅਸਲਾ ਫੜ ਕੇ ਘੁੰਮ ਰਹੇ ਇਹ ਨੌਜਵਾਨ ਵੱਡੇ ਸਵਾਲ ਖੜੇ ਕਰ ਗਏ ਨੇ ਕਿ ਟੂਰਨਾਮੈਂਟ 'ਚ ਇਹ ਹਥਿਆਰ ਲੈ ਕੇ ਘੁੰਮ ਰਹੇ ਨੌਜਵਾਨ ਕੌਣ ਸੀ ਅਤੇ ਕਿਸ ਦੀ ਸ਼ਹਿ 'ਤੇ ਹਥਿਆਰਾਂ ਸਮੇਤ ਸ਼ਰੇਆਮ ਘੁੰਮ ਰਹੇ ਸੀ। ਟੂਰਨਾਮੈਂਟ 'ਚ ਕਾਂਗਰਸ ਦੇ ਮਿਨਿਸਟਰ, MP ਅਤੇ ਪੁਲਿਸ ਵੀ ਮੌਜੂਦ ਸੀ, ਫਿਰ ਵੀ ਇਹਨਾਂ ਨੂੰ ਕਿਸੇ ਨੇ ਰੋਕਿਆ ਕਿਉਂ ਨਹੀਂ? ਪੂਰੇ ਦੇਸ਼ 'ਚ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਹਥਿਆਰ ਪੁਲਿਸ ਸਟੇਸ਼ਨ 'ਚ ਜਮ੍ਹਾਂ ਨੇ, ਤਾਂ ਇਹਨਾਂ ਦੇ ਕੋਲ ਇੰਨੀ ਵੱਡੀ ਗਿਣਤੀ 'ਚ ਹਥਿਆਰ ਕਿੱਥੋਂ ਆਏ? ਜੇਕਰ ਇਸ ਟੂਰਨਾਮੈਂਟ 'ਚ ਕੋਈ ਵੱਡਾ ਹਾਦਸਾ ਹੋ ਜਾਂਦਾ ਤਾਂ ਇਸਦਾ ਜ਼ਿੰਮੇਵਾਰ ਕੌਣ ਹੁੰਦਾ? ਇਹ ਸਵਾਲ ਤਾਂ ਉਹ ਸੀ ਜੋ ਇਹ ਟੂਰਨਾਮੈਂਟ ਵੱਡੇ ਲੀਡਰਾਂ, ਟੂਰਨਾਮੈਂਟ ਪ੍ਰਬੰਧਕਾਂ ਅਤੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ 'ਚ ਪਿੱਛੇ ਛੱਡ ਗਿਆ। ਅਤੇ ਆਉਣ ਵਾਲਾ ਸਮਾਂ ਇਹ ਵੱਡਾ ਸਵਾਲ ਖੜ੍ਹਾ ਕਰਦਾ ਹੈ ਕਿ ਕਾਰਵਾਈ ਦੀ ਗੱਲ ਕਰ ਰਹੇ MP ਅਤੇ ਪੁਲਿਸ ਅਧਿਕਾਰੀ ਇਸ ਮਾਮਲੇ 'ਚ ਕਾਰਵਾਈ ਕਰ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਨਸੀਹਤ ਦੇਣਗੇ, ਜਾਂ ਫਿਰ ਇਹ ਲੋਕ ਸਿਆਸੀ ਪਹੁੰਚ ਵਰਤ ਕੇ ਕਾਰਵਾਈ ਤੋਂ ਬਚ ਕੇ ਅੱਗੇ ਤੋਂ ਹੋਰ ਵੀ ਲੋਕਾਂ ਨੂੰ ਅਜਿਹੀਆਂ ਹਰਕਤਾਂ ਕਰਨ ਲਈ ਉਕਸਾਉਣਗੇ? ਸਾਹਨੇਵਾਲ ਤੋਂ ਵਿਵੇਕ ਢਾਲ ਦੀ ਰਿਪੋਰਟ, ਦੈਨਿਕ ਸਵੇਰਾ TV।